ਵਡੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਹੁਣ ਸਾਰੇ ਮੀਲ ਪੱਥਰਾਂ ਤੇ ਨਾਮ ਪੱਟੀਆਂ 'ਚ ਸਿਕਰਾਂ ਤੇ ਹੋਵੇਗੀ ਪੰਜਾਬੀ ਭਾਸ਼ਾ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭਗਵੰਤਮਾਨ ਸਰਕਾਰ ਨੇ ਸਮੂਹੀ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਵਿਭਾਗਾਂ ਵਿੱਚ ਪੰਜਾਬੀ ਨੂੰ ਦਫਤਰੀ ਭਾਸ਼ਾ ਵਜੋਂ ਵਰਤਣ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਦੇ ਮੁਖ ਬਲਾਰੇ ਮਾਲਵਿੰਦਰ ਕਾਂਗੜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲ ਕਦਮੀ ਕੀਤੀ ਗਈ ਉਹਨਾਂ ਦਾ ਮੰਨਣਾ ਹੈ ਕਿ ਮਾਂ ਬੋਲੀ ਨੂੰ ਪਲ ਫੁੱਲਦ ਕਰਨਾ ਸਰਕਾਰ ਦਾ ਤੇ ਉਹਨਾਂ ਦਾ ਮੁੱਢਲਾ ਨੈਤਿਕ ਫਰਜ਼ ਬਣਦਾ ਹੈ ਉਨ੍ਹਾਂ ਨੇ ਕਿਹਾ ਜੇ ਇਸ ਫੈਸਲੇ ਦੀ ਸੱਚੀ ਭਾਵਨਾ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਉਚੇਰੀ ਸਿੱਖਿਆ ਤੇ ਪਾਸ਼ਾ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਮੰਡਲਾਂ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਜ਼ਿਲ੍ਹਾ ਸ਼ੈਸ਼ਨ ਜੱਜਾਂ ਸਕੱਤਰ ਪੰਜਾਬ ਵਿਧਾਨ ਸਭਾ ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬੋਰਡ ਕਾਰਪੋਰੇਸ਼ਨਾਂ ਤੇ ਸਾਰੀਆਂ ਅਰਧ ਸਰਕਾਰੀ ਸੰਸਥਾਵਾਂ ਦੇ ਚੇਅਰਮੈਨਾਂ ਨੂੰ ਪੱਤਰ ਭੇਜਿਆ ਗਿਆ ਹੈ ਵਿਜੀਲੈਂਸ ਨੇ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਕੀਤਾ ਗ੍ਰਿਫਤਾਰ ਵਿਜੀਲੈਂਸ ਅੰਮ੍ਰਿਤਸਰ ਨੇ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕਰ ਲਿਆ ਉਸ ਦੇ ਖਿਲਾਫ ਟਰਸਟ ਚੋਂ ਆਪਣੇ ਕਾਰਜਕਾਲ ਦੌਰਾਨ ਕਪਲੇ ਦੇ ਦੋਸ਼ ਲੱਗੇ ਨੇ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਡੀ ਬਲਾਕ ਵਿੱਚ ਇੱਕ ਕੋਠੀ ਨੂੰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ 17 ਹੋਰ ਫਾਈਲਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਭ੍ਰਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਟੀਮ ਨੇ ਉਕਤ ਸਾਬਕਾ ਚੇਅਰਮੈਨ ਤੇ ਸਿਕੰਜਾ ਕਸ ਦਿੱਤਾ ਹੈ ਤੇ ਵਿਜੀਲੈਂਸ ਵੱਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਆਦਵੀ ਮਾਮਲੇ 'ਚ ਹੁਣ ਤੱਕ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਰੋਜੀ ਪਰਕੰਦੀ ਬੀਤੇ ਦਿਨੀ ਸੈੱਟ ਦੇ ਵੱਲੋਂ ਬਿਆਦਵੀ ਮਾਮਲੇ ਵਿੱਚ ਜਾਰੀ ਕੀਤੀ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਲੀਨ ਚਿੱਠ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇਸ਼ਰੀ ਮੁਖਤਸਰ ਸਾਹਿਬ ਹਲਕੇ ਤੋਂ ਵਿਧਾਇਕ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਵਰਜੀਤ ਸਿੰਘ ਰੋਜੀ ਬਰਕੰਦੀ ਨੇ ਸ਼੍ਰੀ ਮੁਖਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਇਸ ਗੱਲ ਤੇ ਰਾਜਨੀਤੀ ਕੀਤੀ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈ ਹੁਣ ਸਟੇਟ ਵੱਲੋਂ ਜੋ ਰਿਪੋਰਟ ਆਈ ਹੈ ਉਸ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਮਾਮਲੇ ਵਿੱਚ ਕੋਈ ਹੱਥ ਨਹੀਂ ਖਾਣ ਵਾਲੇ ਤੇਲ ਹੋਣਗੇ 20 ਰੁਪਏ ਸਸਤੇ ਸਰਕਾਰ ਨੇ ਦਿੱਤੇ ਕੰਪਨੀਆਂ ਨੂੰ ਰੇਟ ਘਟਾਉਣ ਦੇ ਹੁਕਮ ਆਉਣ ਵਾਲੇ ਸਮੇਂ ਦੇ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਹੋਰ ਰਾਹਤ ਮਿਲ ਸਕਦੀ ਹੈ ਸਰਕਾਰ ਨੇ ਕੰਪਨੀਆਂ ਨੂੰ ਪ੍ਰਚੂਨ ਬਾਜ਼ਾਰ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਨੇ ਖਬਰਾਂ ਦੇ ਮੁਤਾਬਕ ਖੁਰਾਕ ਅਤੇ ਜਨ ਤੱਕ ਵੰਡ ਵਿਭਾਗ ਨੇ ਖਾਣ ਵਾਲੇ ਤੇਲ ਕੰਪਨੀਆਂ ਨੂੰ ਇੱਕ ਹਫਤੇ ਦੇ ਅੰਦਰ ਉਤਪਾਦਾਂ ਦੀਆਂ ਕੀਮਤਾਂ 'ਚ ਕਟੌਤੀ ਕਰਨ ਲਈ ਕਿਹਾ ਹੈ ਸਰਕਾਰ ਦੇ ਮੁਤਾਬਕ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 10 ਤੋਂ 15 ਰੁਪਏ 10 ਤੋਂ 15 ਫੀਸਦੀ ਹੋਰ ਕਟੌਤੀ ਦੀ ਥਾਂ ਬਣੀ ਹੋਈ ਆ ਅੱਗੇ ਵਧਣ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਦੁਨੀਆ ਭਰ ਦੇ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਵਧਾਉਣ ਕਾਰਨ ਘਰੇਲੂ ਬਾਜ਼ਾਰ 'ਚ ਵੀ ਕੀਮਤਾਂ ਕਾਫੀ ਉੱਚੇ ਪੱਧਰ ਤੇ ਪਹੁੰਚ ਗਈਆਂ ਸਨ ਵੱਡੀ ਖਬਰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਕੀਤਾ ਨਵਾਂ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੋਧਵਾਰ ਨੂੰ ਮਾਲ ਵਿਭਾਗ ਦੇ ਵਿੱਚ ਸ਼ਾਮਲ ਹੋਏ 855 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਪਟਵਾਰੀਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਭਰਤੀ ਹੋਏ ਨਵੇਂ ਪਟਵਾਰੀ 3 ਮਹੀਨਿਆਂ ਬਾਅਦ ਫੀਲਡ ਦੇ ਵਿੱਚ ਕੰਮ ਕਰ ਸਕਦੇ ਹਨ 3 ਮਹੀਨਿਆਂ ਦੇ ਬਾਅਦ ਫੀਲਡ ਵਿੱਚ ਕੰਮ ਕਰਨਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਇੱਕ ਹੋਰ ਨਵਾਂ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ 700 ਤੋਂ ਜ਼ਿਆਦਾ ਹੋਰ ਪਟਵਾਰੀ ਭਰਤੀ ਕੀਤੇ ਜਾਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਨਵੇਂ ਪਟਵਾਰੀ ਬਣਨਗੇ ਉਹਨਾਂ ਦੀ ਟ੍ਰੇਨਿੰਗ ਦਾ ਸਮਾਂ 1.5 ਸਾਲ ਤੋਂ ਘਟਾ ਕੇ 1 ਸਾਲ ਕਰ ਦਿੱਤਾ ਗਿਆ ਤਾਂ ਜੋ ਉਹ ਜਲਦੀ ਕੰਮ ਤੇ ਲੱਗ ਸਕਣ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਉਮੀਦ ਹੈ ਕਿ ਨਵੇਂ ਭਰਤੀ ਕੀਤੇ ਪਟਵਾਰੀ ਪੰਜਾਬ ਵਾਸਤੇ ਇਮਾਨਦਾਰੀ ਨਾਲ ਕੰਮ ਕਰਨਗੇ ਪਟਵਾਰੀ ਦਾ ਸਬੰਧ ਹੀ ਜ਼ਮੀਨ ਨਾਲ ਹੈ ਤੇ ਪਟਵਾਰੀਆਂ ਨੂੰ ਸਹੀ ਅਤੇ ਮਿਹਨਤ ਨਾਲ ਕੰਮ ਕਰਨ ਲਈ ਕਿਹਾ ਹੈ ਮੁਫਤ ਬੱਸ ਸੇਵਾ ਦੀ ਸਹੂਲਤ ਨੇ ਸਰਕਾਰੀ ਖਜ਼ਾਨੇ ਨੂੰ ਲਾਇਆ ਖੋਰਾ ਡਾਵਾਡੋਲ ਹੂਰੀ ਪੰਜਾਬ ਦੀ ਆਰਥਿਕ ਹਾਲਤ ਪੰਜਾਬ ਦੇ ਵਿੱਚ ਮੁਫਤ ਖੋਰੀ ਦਾ ਰੁਝਾਨ ਪੰਜਾਬ ਦੀ ਆਰਥਿਕਤਾ ਨੂੰ ਡਾਵਾਡੋਲ ਕਰ ਰਿਹਾ ਜੇ ਪਹਿਲਾਂ ਹੀ ਆਰਥਿਕ ਤੰਗੀ ਕਰਕੇ ਕਰਜ਼ਾਈ ਸੂਬਾ ਦਿਨੋਂ ਦਿਨ ਵੋਟ ਰਾਜ ਕਰਕੇ ਮੁਫਤ ਦੀਆਂ ਭਲਾਈ ਸਕੀਮਾਂ ਨੂੰ ਚਾਲੂ ਰੱਖਣ ਲਈ ਦਿਨੋਂ ਦਿਨ ਆਰਥਿਕਤਾ ਦੇ ਨਿਗਰਭਲ ਜਾ ਰਿਹਾ ਜੇ ਦਿਨੋਂ ਦਿਨ ਬਣੀ ਸਥਿਤੀ ਕਰਕੇ ਆਉਣ ਵਾਲੇ ਸਮੇਂ 'ਚ ਪੰਜਾਬ ਹੋਰ ਕਰਜ਼ਾਈ ਹੋ ਰਿਹਾ ਪਿਛਲੀ ਕਾਂਗਰਸ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਅਤੇ ਪੀਆਰਟੀਸੀ ਬੱਸਾਂ ਦੇ ਵਿੱਚ ਮੁਫਤ ਸਰਵਿਸ ਦੀ ਦਿੱਤੀ ਸਹੂਲਤ ਨੇ ਸਰਕਾਰੀ ਖਜ਼ਾਨੇ ਨੂੰ ਪੂਰੀ ਤਰ੍ਹਾਂ ਚੱਟ ਲਿਆ ਹੈ ਭਾਵੇਂ ਕੁਝ ਦਿਨ ਪਹਿਲਾਂ ਆਪ ਸਰਕਾਰ ਦੇ ਕੁਝ ਮੰਤਰੀਆਂ ਨੇ ਮੁਫਤ ਦੀਆਂ ਸਕੀਮਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਰੋ ਕਰਕੇ ਮੁੜ ਔਰਤਾਂ ਦੀ ਮੁਫਤ ਬੱਸ ਸੇਵਾ ਬੰਦ ਕਰਨ ਤੋਂ ਪੰਜਾਬ ਸਰਕਾਰ ਨੇ ਪੈਰ ਪਿਸ਼ਾਹ ਖੇਚਲੇ ਸੂਚਨਾ ਅਧਿਕਾਰ ਐਕਟ ਤਹਿਤ ਮੋਗਾ ਨਿਵਾਸੀ ਨੇ ਵਿਸ਼ੇਸ਼ ਨੇ ਜਾਣਕਾਰੀ ਕਰਕੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਜੀ ਔਰਤਾਂ ਲਈ 303 ਕਰੋੜ ਰੁਪਏ ਤੋਂ ਵੱਧ ਇਕੱਲੇ ਪੀਆਰਟੀਸੀ ਦੇ ਬਣੇ ਹਨ ਰੋਡਵੇਜ ਬੱਸਾਂ ਰਾਹੀਂ ਦਿੱਤੀ ਜਾਂਦੀ ਸਹੂਲਤ ਤੇ ਕਰੋੜਾਂ ਰੁਪਏ ਵੱਖਰਾ ਖਰਚਾ ਹੋਇਆ ਹੈ ਯੂਕੇ ਫ੍ਰੀ ਵੀਜ਼ਾ ਤੇ ਵਟਸਐਪ ਤੇ ਚੱਲ ਰਿਹਾ ਕੋਟਾਲਾ ਮਾਈਕਰੋਸਾਫਟ ਤੇ ਐਂਡਰਾਇਡ ਯੂਜ਼ਰ ਨੂੰ ਕੀਤਾ ਗਿਆ ਵਿਦੇਸ਼ ਵਿੱਚ ਕੰਮ ਕਰਨ ਦੇ ਨਾਂ ਤੇ ਵਟਸਐਪ ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜੀ ਖਾਸ ਤੌਰ ਤੇ ਯੂਕੇ ਵਿੱਚ ਕੰਮ ਦੇ ਚਾਹਵਨ ਨੌਜਵਾਨਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਮਾਈਕਰੋਸਾਫਟ ਨੇ ਐਂਡਰੋਇਡ ਯੂਜ਼ਰ ਨੂੰ ਇਸ ਨਵੇਂ ਕੁਟਾਲੇ ਨਾਲ ਭਾਰਤ ਤੋਂ ਵਿਦੇਸ਼ਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਮੁਫਤ ਵੀਜ਼ਾ ਤੇ ਹੋਰ ਲਾਭ ਦੇਣ ਦੇ ਨਾਮ ਤੇ ਹੋਰ ਇੱਕ ਟਾਲੇ ਬਾਰੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਅਜਿਹੇ ਟੋਲ ਫਰਾਡ SMS ਕਾਲ ਤੇ ਕੰਮ ਨਹੀਂ ਕਰਦੇ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ ਤੇ ਕੰਮ ਕਰਦੇ ਹਨ ਜੋ ਖਰੀਦਦਾਰੀ ਉਪਭੋਗਤਾ ਤੇ ਫੋਨ ਦਾ ਬਿੱਲ ਦਿੰਦਾ ਤੇ ਉਹ ਵਾਈਫਾਈ ਤੇ ਕੰਮ ਨਹੀਂ ਕਰਦੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਮਾਲਵੇਅਰ ਐਪਸ ਸਾਨੂੰ ਵਾਈਫਾਈ ਤੋਂ ਡਿਸਕਨੈਕਟ ਕਰਕੇ ਮੋਬਾਈਲ ਡਾਟਾ ਵਰਤਣ ਲਈ ਮਜਬੂਰ ਕਰਦੀਆਂ ਨੇ ਇਹ ਮਾਲਵੇਅਰ ਐਪਸ ਸਿਰਫ ਮੋਬਾਈਲ ਨੈਟਵਰਕ ਰਾਹੀਂ ਗਾ ਕੀ ਸ਼ੁਰੂ ਕਰਦੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਕੀਤੇ ਕਟਾਲਿਆਂ ਦੀ ਰਿਪੋਰਟ ਬਣ ਰਹੀ ਆ ਹਰਪ੍ਰਧਨ ਸਿੰਘ ਟੀਓ ਨੇ ਕਿਹਾ ਹੈ ਕਿ ਟੈਕਨੀਕਲ ਫਾਲਟ ਕਰਕੇ ਬਿਜਲੀ ਦੇ ਲੱਗ ਰਹੇ ਵੱਡੇ ਕਟ ਨਹੀਂ ਲੱਗ ਰਹੇ ਬਿਜਲੀ ਦੀ ਕਿੱਲਤ ਹੋ ਰਹੀ ਉਹਨਾਂ ਨੇ ਕਿਹਾ ਜੀ ਮੀਟਰ ਰੀਡਰਾਂ ਨਾਲ ਵੀ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਮੰਤਰੀ ਨੇ ਕਿਹਾ ਕਿ ਜੋ ਵੀ ਕਪਲੇ ਹੋਏ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਜਿੰਨਾਂ ਵੱਲੋਂ ਕ ਅਪਲਾਈ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਤਿਆਰ ਹੈ ਤੇ ਮੁਲਾਜ਼ਮ ਅਜੋਕੀ ਮੀਟਰ ਰੀਟਰਾਂ ਨਾਲ ਮੁਲਾਕਾਤ ਕੀਤੀ ਆ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਰੋਜ਼ਾਨਾ ਦਿਹਾੜੀ ਤੇ ਲਿਆਂਦਾ ਜਾਵੇ ਹਰਪਜਨ ਸਿੰਘ ਈਟੀਓ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਆਮ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਦੀ ਪਰੇਸ਼ਾਨੀ ਸਿਰਫ ਇਸ ਕਰਕੇ ਆ ਕਿਉਂਕਿ ਮੋਡਲਾ ਟਾਂਚਾ ਨਹੀਂ ਠੀਕ ਕੱਚੇ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਆਸਵਾਸਨ ਦਿੱਤਾ ਗਿਆ ਕਿ ਰੋਜ਼ਾਨਾ ਦਿਹਾੜੀ ਤੇ ਇਹਨਾਂ ਨੂੰ ਲਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਵਿਆਹ ਦੀ ਦਿੱਤੀ ਵਧਾਈ ਦੇਖਣ ਦੇ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ ਪੰਜਾਬ ਤੇ ਪੰਜਾਬ ਦੇ ਲੋਕ ਸਰਕਾਰ ਤੋਂ ਬਹੁਤ ਖੁਸ਼ ਨੇ ਨੌਕਰੀਆਂ ਦੇ ਮਿਲ ਰਹੇ ਨੇ ਮੌਕੇ ਭ੍ਰਸ਼ਟਾਚਾਰੀ ਜੇਲ੍ਹ ਚੋਂ ਜਾ ਰਹੇ ਹਨ ਭਗਵੰਤ ਮਾਨ ਨੇ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਘਟਾਉਣ ਦਾ ਐਲਾਨ ਕੀਤਾ ਮਿਊਸਪਲ ਪਵਨ ਚੋ 8559 ਭਾਰਤੀ ਹੋਏ ਪਟਵਾਰੀਆਂ ਨੂੰ ਜ਼ਿਲ੍ਹੇ ਦੇ ਅਲਾਟਮੈਂਟ ਤੇ ਪੱਤਰ ਵੰਡਣ ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸਿਕਲਾਈ ਦਾ ਸਮਾ ਘਟਨ ਨਾਲ ਫੀਲਡ ਵਿੱਚ ਪਟਵਾਰੀਆਂ ਦੀ ਕਾਰਜ ਕੁਸ਼ਲਤਾ ਵਧੇਗੀ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਹਰ ਵਿਭਾਗ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕਪੱਖੀ ਤੇ ਆਗਾਂਬਦੂ ਨੀਤੀਆਂ ਤੋਂ ਲੋਕ ਉਤਸ਼ਾਹਤ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੈਂਟਿਸ ਗੁਰਪ੍ਰੀਤ ਕੌਰ ਨਾਲ ਦੁਕਰਨਗੇ ਦੂਜਾ ਵਿਆਹ ਗੁਰਦੁਆਰੇ ਦੇ ਵਿੱਚ ਹੋਣਗੀਆਂ ਰਸਮਾਂ ਸੋ ਲਾਈਵ ਤੁਸੀਂ ਸਾਡੇ ਚੈਨਲ ਤੇ ਜੇਕਰ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖ ਦਿਵੋ ਭਗਵੰਤ ਮਾਨ ਬਠਿੰਡਾ ਦੀ ਰਹਿਣ ਵਾਲੀ ਡੈਂਟਿਸ ਗੁਰਪ੍ਰੀਤ ਕੌਰ ਨਾਲ ਚੰਡੀਗੜ੍ਹ ਦੇ ਵਿੱਚ ਵਿਆਹ ਕਰਵਾਉਣ ਜਾ ਰਹੇ ਨੇ ਸੂਤਰਾਂ ਮੁਤਾਬਕ ਭਗਵੰਤ ਮਾਨ ਦੀ ਮਾਂ ਦੀ ਇੱਛਾ ਸੀ ਕਿ ਆਪਣਾ ਘਰ ਉਸਨੂੰ ਮਾਨ ਦੀ ਨਵੀਂ ਦੁਲਹਨ ਦੀ ਚੋਣ ਉਹਨਾਂ ਦੀ ਮਾਂ ਤੇ ਭੈਣ ਨੇ ਆਪ ਕੀਤੀ ਭਗਵੰਤ ਮਾਨ ਇੱਕ ਸਾਧਾਰਨ ਕਰਦੀ ਕੁੜੀ ਨਾਲ ਵਿਆਹ ਕਰਵਾ ਰਹੇ ਹਨ ਜਿਸ ਨੂੰ ਉਹ ਮਾਂ ਤੇ ਬੇਟੀ ਵੀ ਚੰਗੀ ਤਰ੍ਹਾਂ ਜਾਣਦੇ ਹਨ ਵਿਆਹ ਦੀਆਂ ਰਸਮਾਂ ਜਾਂਦੀ ਕੜ ਤੇ ਗੁਰਦੁਆਰਾ ਸੈਕਟਰ 8 ਦੇ ਗੁਰਦੁਆਰਾ ਸਾਹਿਬ ਦੇ ਟਾਂਗ ਦੇ ਨਾਲ ਕੀਤੀਆਂ ਜਾਣਗੀਆਂ ਸਵੇਦ ਸਿਰਫ ਵਿਸ਼ੇਸ਼ ਮਹਿਮਾਨ ਹੀ ਸ਼ਾਮਲ ਹੋਣਗੇ ਸੰਸਦ ਰਾਗਵ ਚੱਡਾ ਪ੍ਰਬੰਧਾ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦੇ ਵਿਆਹ ਸਮਾਗਮ 'ਚ ਸੀ ਅਮਰਵਿੰਦ ਕੇਜਰੀਵਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨਦੀਸ਼ ਸੋਦੀਆ ਵੀ ਪਰਿਵਾਰ ਤੇ ਸਮੇਤ ਮੌਜੂਦ ਰਹਿਣਗੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਸਥਾਨਕ ਸਰਕਾਰਾਂ ਸੰਸਦੀ ਮਾਮਲੇ ਭੂਮੀ ਤੇ ਜਲ ਸੰਭਾਲ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੀ ਕਾਰਜਪੱਤਰ ਨੂੰ ਸੰਭਾਲਿਆ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਸਥਾਨਕ ਸਰਕਾਰਾਂ ਸੰਸਦੀ ਮਾਮਲੇ ਭੂਮੀ ਅਤੇ ਜਲ ਪ੍ਰਬੰਧਨ ਸੰਭਾਲ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦਾ ਕਾਰਜਪੱਤਰ ਸੰਭਾਲਿਆ ਆਪਣੀ ਪੇਸ਼ੇਵਰ ਵਚਨਬੱਧਤਾ ਲਈ ਲਏ ਜਾਂਦੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਪੰਜਾਬ ਸਿਵਲ ਸਕਤਰੇਤ ਵਿਖੇ ਸਥਾਨਕ ਸਰਕਾਰਾਂ ਮਸੰਦੀ ਮਾਮਲੇ ਤੇ ਭੂਮੀ ਦੇ ਜਲ ਸੰਭਾਲ ਤੇ ਪ੍ਰਸ਼ਾਸਨਿਕ ਸਦਾਰ ਵਿਭਾਗਾਂ ਦਾ ਕਾਰਜਪਾਲ ਸੰਭਾਲ ਲਿਆ ਹੈ। ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ। ਮੈਂ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਨੂੰ ਆਧੁਨਿਕ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਾਂਗਾ। ਉਹਨਾਂ ਨੇ ਕਿਹਾ ਅਸੀਂ ਆਮ ਲੋਕ ਹਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸੂਬਾ ਸਰਕਾਰ ਸਾਡੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਹਿਲੇ ਦਿਨ ਤੋਂ ਹੀ ਪੂਰੀ ਦ੍ਰਿੜਤਾ ਨਾਲ ਅਨਥੱਕ ਇਹ ਮਿਹਨਤ ਕਰ ਰਹੀ ਹੈ ਤੇ ਮੁੱਖ ਮੰਤਰੀ ਯਕੀਨਨ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਆਉਣਗੇ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਗੁਰਪ੍ਰੀਤ ਕੌਰ ਕੌਣ ਹੈ ਜਿਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੂਜਾ ਬਿਆਨ ਕਰਵਾ ਰਹੇ ਹਨ। ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਦਾ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਵਿਦਾਇਤ ਦਿੱਤੀ ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਆਹ ਦੀ ਖਬਰ ਸਾਹਮਣੇ ਆਉਣ ਤੋਂ ਕੁਝ ਘੰਟੇ ਬਾਅਦ ਕੀਤਾ ਉਹਨਾਂ ਨੇ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਨੂੰ 7 ਸਾਲ ਬਾਅਦ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ ਗੁਰਪ੍ਰੀਤ ਕੌਰ ਨਾਲ ਇੱਕ ਸਾਦੇ ਸਮਾਗਮ ਦੇ ਵਿੱਚ ਵਿਆਹ ਹੋਵੇਗਾ ਇਸ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ ਭਗਵੰਤ ਮਾਨ ਦਾ 2015 ਦੇ ਵਿੱਚ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ 2015 ਦੇ ਵਿੱਚ ਆਪਣੀ ਜਿੰਨੀ ਵੀ ਜਾਇਦਾਦ ਸੀ ਆਪਣੇ ਬੱਚਿਆਂ ਦੇ ਨਾਮ ਕਰ ਦਿੱਤੀ ਆ ਭਗਵੰਤ ਮਾਨ ਦੇ ਸੌ ਚੱਕ ਸਮਾਗਮ ਦੇ ਵਿੱਚ ਦੋਵੇਂ ਬੱਚੇ ਸ਼ਾਮਲ ਹੋਣ ਲਈ ਉਹ ਚਾਚੇ ਤੌਰ ਤੇ ਪੰਜਾਬ ਪਹੁੰਚੇ ਸਨ ਗੁਰਪ੍ਰੀਤ ਗੁਰਦੇ ਚਾਚਾ ਗੁਰਿੰਦਰਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਬਰ ਮਿਲਦਿਆਂ ਹੀ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਹਨਾਂ ਦੀਆਂ ਤਿੰਨ ਪਤਿਤ ਜੀਆਂ ਹਨ ਇਹ ਪੜਾਈ ਦੇ ਵਿੱਚ ਵੱਲ ਸੀ ਮੋਲਾਨਾ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ ਬੇਹਦ ਹੁਸ਼ਿਆਰ ਤੇ 골ਡ ਮੈਡਲਿਸਟ ਹੈ ਫਰੀਦਕੋਟ ਦਾ ਡੀਐਸਪੀ 10 ਲੱਖ ਲੈੰਦਾ ਰੰਗੇ ਹੱਥੀ ਦਬੋਚਾਂ ਨਸ਼ੀਲੇ ਪਦਾਰਥਾਂ ਦੇ ਤਸਕਰੀ ਲਈ ਲੈ ਰਿਹਾ ਸੀ ਰਿਸ਼ਵਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਬਣਾਉਂਦਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿੜ ਵਚਨਬੱਧਤਾ ਨੂੰ ਉਤਾਰਉਂਦਿਆਂ ਪੰਜਾਬ ਪੁਲਿਸ ਨੇ ਬੋਧਵਾਰ ਨੂੰ ਫਰੀਦਕੋਟ ਦੇ ਡਿਪਟੀ ਸੁਪਰੀਡੈਂਟ ਆਫ ਪੁਲਿਸ ਲਖਵੀਰ ਸਿੰਘ ਨੂੰ ਡਰੱਗ ਸਪਲਾਈਅਰ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਐਫਆਈਆਰ ਦਰਜ ਕਰ ਲਈ ਗਈ ਹੈ ਕੜਨਾਉ ਤੋਂ ਬਾਅਦ ਜਦੋਂ ਤਰਨਤਾਰਨ ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਪੱਟੀ ਮੋੜ ਤੇ ਇੱਕ ਪੈਟਰੋਲ ਪੰਪ ਤੋਂ ਪਸ਼ੋਰਾ ਸਿੰਘ ਵਜੋਂ ਇੱਕ ਨਸ਼ਾ ਸਪਲਾਈਰ ਨੂੰ 250 ਗ੍ਰਾਮ ਅਫੀਮ ਤੇ 1 ਲੱਖ ਰੁਪਏ ਦੇ ਡਰੱਗ ਮਨੀ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਤਰਨਤਾਰਨ ਦੇ ਪਿੰਡ ਮਾਡਲ ਬੂਪਰਾਏ ਦਾ ਵਿਸਣੋਕ ਪਸ਼ੋਰਾ 30 ਜੂਨ 2022 ਦੇ ਐਫਆਈਆਰ ਵਿੱਚ ਦੌੜੀਂਦਾ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਪੜਤਾਲ ਤੋਂ ਸਰਜੀ ਨੇ ਖਲਾਸਾ ਕੀਤਾ ਕਿ ਪਸ਼ੋਰਾ ਤੋਂ ਅਫੀਮ ਖਰੀਦੀ ਸੀ ਜੋ ਕਿ ਨਸ਼ੇ ਦਾ ਮੁੱਖ ਸਪਲਾਈਰ ਹੈ ਇਸੇ ਤਰ੍ਹਾਂ ਹੌਲੀ 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 ਜਿਹੜੀ ਤਾਰ ਜੁੜਦੀ ਗਈ ਤੇ ਉਹਨਾਂ ਨੇ ਫਿਰ ਡੀਐਸਪੀ ਲਖਵੀਰ ਸਿੰਘ ਜੋ ਕਿ ਹੀਰਾ ਸਿੰਘ ਦਾ ਚਚੇਰਾ ਭਰਾ ਉਸ ਕੋਲ ਪਹੁੰਚ ਕੀਤੀ ਜਿੱਥੇ ਡੀਐਸਪੀ ਨੇ 10 ਲੱਖ ਰੁਪਏ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਸੀ। ਮਿਸ਼ੋਰਾ ਸਿੰਘ ਦੇ ਖੁਲਾਸੇ ਤੇ ਪੁਲਿਸ ਨੇ ਹੀਰਾ ਸਿੰਘ ਦੇ ਘਰੋਂ 997000 ਰੁਪਏ ਵੀ ਕੀਤੇ ਬਰਾਮਦ। ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮੁੱਖ ਮੰਤਰੀ ਦੀ ਅਗਵਾਈ ਚ ਹਰੇਕ ਬਿਲ ਤੇ 600 ਜੁੰਟ ਮੁਫਤ ਫੈਸਲੇ ਦੀ ਲੱਗੀ ਮੋਹਰ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਾਜ਼ਾਰਤ ਨੇ ਅੱਜ 1 ਜੁਲਾਈ 2022 ਤੋਂ ਹਰੇਕ ਘਰ ਦੇ ਵਿੱਚ ਹਰੇਕ ਬਿੱਲ ਤੇ 600 ਜੁੰਟ ਮੁਫਤ ਬਿਜਲੀ ਦੇਣ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਭਗਵੰਤ ਮਾਨ ਨਾਲ ਦੂਜਾ ਵਿਆਹ ਦੀ ਖਬਰ ਮਗਰੋਂ ਡਾਕਟਰ ਗੁਰਪ੍ਰੀਤ ਕੌਰ ਦੇ ਮਹੱਲੇ ਦੇ ਵਿੱਚ ਖੁਸ਼ੀ ਦੀ ਲਹਿਰ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਡਾਕਟਰ ਵਿਜੇ ਸਿੰਘਲਾ ਭ੍ਰਸ਼ਟਾਚਾਰ ਮਾਮਲੇ 'ਚ ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ ਨਾ ਮਿਲੇ ਪੈਸੇ ਨਾ ਹੀ ਕੋਈ ਸਬੂਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਉਹਨਾਂ ਦੀ ਹੀ ਕੈਬਨਟ ਦੇ ਬਰਖਾਸਤ ਮੰਤਰੀ ਡਾਕਟਰ ਵਿਜੇ ਸਿੰਘਲਾ ਦੀ ਰਿਹਾਈ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਸਵੇਰੇ ਹੀ ਸਰਕਾਰੀ ਵਕੀਲ ਨੂੰ ਹਾਈ ਕੋਰਟ ਦੇ ਜੱਜ ਦੀ ਫਟਕਾਰ ਸੈਣੀ ਪਈ ਕਿਉਂਕਿ ਪੁਲਿਸ ਨੂੰ ਨਾ ਤਾਂ ਕੋਈ ਸਿੰਘਲਾ ਤੋਂ ਪੈਸਿਆਂ ਦੀ ਰਿਕਵਰੀ ਕਰ ਪਾਈ ਹੈ ਤੇ ਨਾ ਹੀ ਅਦਾਲਤ ਜੋ ਸਿੰਗਲਾਂ ਦੇ ਖਿਲਾਫ ਕੋਈ ਸਬੂਤ ਪੇਸ਼ ਕਰ ਪਾਈਆ ਪਹਿਲਾਂ ਤਾਂ ਹਾਈ ਕੋਰਟ ਦੇ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਉਹ ਜ਼ਮਾਨਤ ਦਾ ਵਿਰੋਧ ਕਰਦੇ ਹਨ ਜਾਂ ਨਹੀਂ ਇਸ ਤੇ ਸਰਕਾਰੀ ਵਕੀਲ ਨੇ ਕਿਹਾ ਕਿ ਜਾਂਚ ਅਫਸਰ ਅਦਾਲਤ 'ਚ موجود ਨੇ ਜਿਸ ਤੇ ਅਦਾਲਤ ਨੇ ਕਿਹਾ ਕਿ ਆਪਣੇ ਅਧਿਕਾਰੀ ਤੋਂ ਪੁੱਛੋ ਤੇ ਦੱਸੋ ਜ਼ਮਾਨਤ ਦਾ ਵਿਰੋਧ ਕਰਨਾ ਜਾਂ ਨਹੀਂ ਇਸ ਤੋਂ ਬਾਅਦ ਅਦਾਲਤ ਨੇ ਦੁਪਹਿਰ ਤੱਕ ਸੁਣਵਾਈ ਟਾਲ ਦਿੱਤੀ ਸਨਮੂੜ ਸੁਣਵਾਈ ਹੋਣ ਤੇ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਪੇਸ਼ ਹੋਏ ਅਦਾਲਤ ਨੇ ਫਿਰ ਪੁੱਛਿਆ ਜੇ ਉਹ ਜ਼ਮਾਨਤ ਦਾ ਵਿਰੋਧ ਕਰਦੇ ਹਨ ਜਾਂ ਨਹੀਂ ਜੇ ਨਹੀਂ ਕਰਦੇ ਤਾਂ ਕਿਸ ਆਧਾਰ ਤੇ ਕਿਉਂਕਿ ਭ੍ਰਸ਼ਟਾਚਾਰ ਮਾਮਲੇ ਦੇ ਨਾਂ ਤਾਂ ਸਿੰਘਲਾ ਕੋਲੋਂ ਪੈਸੇ ਨੇ ਤੇ ਨਾ ਹੀ ਕੋਈ ਸਬੂਤ ਉਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਟਰਕਸ਼ਨ ਲੈਣ ਦੀ ਲੋੜ ਹੈ ਜਿਸ ਤੇ ਸਿੰਘਲਾ ਦੇ ਵਕੀਲ ਨੇ ਕਿਹਾ ਕਿ ਇਹ ਤਾਂ ਵਕਰੀ ਜੀ ਗੱਲ ਐਡਵੋਕੇਟ ਜਨਰਲ ਨੂੰ ਹੁਣ ਇਨਸਟਰਕਸ਼ਨ ਲੈਣ ਦੀ ਲੋੜ ਪੈ ਰਹੀ ਹੈ ਇਸ ਬਾਬਤ ਹਨ ਦੱਸ ਦिए ਕਿ ਬੀਤੇ ਦਿਨੀ ਸੁਣਵਾਈ ਤੇ ਜੱਜਾਂ ਨੇ ਇਹ ਪੁੱਛਣ ਦੇ ਕਿ ਉਹ ਜ਼ਮਾਨਤ ਦਾ ਵਿਰੋਧ ਕਰਦੇ ਹਨ ਜਾਂ ਨਹੀਂ ਵਕੀਲ ਨੇ ਇਹੀ ਕਹਤਾ ਕਿ ਇਹ ਗਾਂ ਦਾ ਸਮਾਂ ਮੰਗਿਆ ਏ ਇਸ ਨੂੰ ਆਪਣੇ ਸੀਨੀਅਰ ਤੋਂ ਇਨਸਟਰਕਸ਼ਨ ਲੈਣ ਦੀ ਲੋੜ ਹੈ ਪੰਜਾਬੀ ਫਿਲਮ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ ਜੰਗ ਬਹਾਦਰ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੇ ਦੋਸ਼ਾਂ ਵਿੱਚ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਉਣ ਲਈ ਗੋਲਡੀ ਬਰਾੜ ਨੇ ਮਨਪ੍ਰੀਤ ਮੰਨੂ ਨੂੰ ਹੀ ਕਿਉਂ ਕਿਹਾ ਹੋਇਆ ਵੱਡਾ ਕਲਾਸਾ ਗੋਲਡੀ ਬਰਾੜ ਤੇ ਲਾਇਨ ਸੁਬਚਨੋਈ ਦਾ ਸਭ ਤੋਂ ਵਫਾਦਾਰ ਤੇ ਖਤਰਨਾਕ ਸ਼ੂਟਰ ਮਾਨਪ੍ਰੀਤ ਉਰਫ ਮੰਨੂ ਨੇ AK-47 ਨਾਲ ਸਦੂ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਈ ਸੀ ਮਾਨਪ੍ਰੀਤ ਤੇ ਗੋਲਡੀ ਬਰਾੜ ਨੇ ਮੰਨੂ ਨੂੰ AK-47 ਲੈ ਕੇ ਹੁਕਮ ਦਿੱਤਾ ਸੀ ਕਿ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਵੇਗਾ ਗੋਲਡੀ ਬਰਾੜ ਨੇ ਪਹਿਲੀ ਗੋਲੀ ਚਲਾਉਣ ਲਈ ਉਸ ਨੂੰ ਹੀ ਕਿਉਂ ਚੁਣਿਆ ਇਸ ਦੇ ਪਿੱਛੇ ਦਾ ਕਾਰਨ ਹੈ ਦਰਅਸਲ ਮਾਨਪ੍ਰੀਤ ਦੇ ਚਚੇਰੇ ਪ੍ਰਾਨ ਨਾਲ ਬੰਬੀਹਾ ਗੈਂਗ ਨਾਲ ਜੁੜੇ ਬਦਮਾਸ਼ਾਂ ਨੇ ਛੇੜਛਾੜ ਕੀਤੀ ਸੀ ਇਸ ਲਈ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਮਾਨਪ੍ਰੀਤ ਉਰਫ ਮਾਨੂੰ ਨੇ ਸਬਕ ਸਿਕਾਇਆ ਪਰ ਉਸ ਤੋਂ ਬਾਅਦ ਜਦੋਂ ਮਾਨਪ੍ਰੀਤ ਪੰਜਾਬ ਦੀ ਜੇਲ੍ਹ ਚੋਂ ਬੰਦ ਸੀ ਤਾਂ ਲੱਕੀ ਪਟਿਆਲਾ ਤੇ ਬੰਬੀਹਾ ਗੈਂਗ ਦੇ ਕਾਰਕੁਨਾਂ ਨੇ ਉਸ ਤੇ ਚੱਪਲਾਂ ਨਾਲ ਕੋਟ ਮਾਰ ਕੀਤੀ ਸੀ ਤੇ ਫਿਰ ਵੀਡੀਓ ਵਾਇਰਲ ਕਰ ਦਿੱਤੀ ਸੀ ਮਾਨਪ੍ਰੀਤ ਨੇ ਲੱਕੀ ਪਟਿਆਲਾ ਗੈਂਗ ਤੋਂ ਬਦਲਾ ਲੈਣਾ ਸੀ ਜਸਵਿੰਦਰ ਭੱਲਾ ਨੇ ਕਿਹੜੇ ਅੰਦਾਜ਼ ਦੇ ਵਿੱਚ ਦਿੱਤੀ ਭਗਵੰਤ ਮਾਨ ਨੂੰ ਵਧਾਈ ਸੋ ਬੱਕਰੀ ਹੀ ਵਧਾਈ ਦਿੰਦੀ ਹੈ ਕਿਲੋਵਾਟ ਵਾਲੀ ਨਹੀਂ ਕੋਈ ਸ਼ਰਤ ਹਰ ਵਰਗ ਨੂੰ ਹਰੇਕ ਬੱਲੇ ਤੇ 600 ਜੁਟ ਮੁਫਤ ਬਿਜਲੀ ਮਿਲੇਗੀ ਸੋ ਭਗਵੰਤ ਮਾਨ ਨੇ ਵੱਡੀ ਖੁਸ਼ਖਬਰੀ ਦਿੱਤੀ ਆ ਕੱਲ ਵਿਆਹ ਕਰਮ ਅੱਜ ਵਿਆਹ ਕਰਵਾਣਗੇ ਸੀਐਮ ਮਾਨ ਉੱਥੇ ਸਾਬਕਾ ਮੰਤਰੀ ਆਸ਼ੂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਪੰਜਾਬੀ ਅਦਾਲਤ ਰਾਣਾ ਜੰਗ বাহাদুর ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਤੇ ਮੂਸੇਵਾਲਾ ਕਤਲकांड ਦੇ ਨਾਲ ਜੁੜੀਆਂ ਅਹਿਮ ਖਬਰ ਸ਼ੂਟਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ ਵਿੱਚ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ 5 ਦਿਨ ਦੇ ਪੁਲਿਸ ਰਿਮਾਨਡ ਤੇ ਭ੍ਰਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਸਾਧੂ ਸਿੰਘ ਧਰਮਸੂਤ ਦੀਆਂ ਵਧੀਆਂ ਮੁਸ਼ਕਲਾਂ ਨਵੇਂ ਆਏ। ਮਾਮਲੇ ਸਾਹਮਣੇ ਪੰਜਾਬ ਦੇ ਸਿਆ ਭਗਵੰਤ ਮਾਨ ਨੇ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਕੀਤਾ ਨਵਾਂ ਲਾਂ ਅਤੇ ਸਮਗਲਰਾਂ ਨੂੰ ਛੱਡਣ ਦੇ ਮਾਮਲੇ 'ਚ ਡੀਐਸਪੀ ਲਖਵੀਰ 10 ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਤੇ ਪੰਜਾਬ ਦੇ ਸਾਰੇ ਮੀਲ ਪੱਥਰ ਪੰਜਾਬੀ 'ਚ ਹੋਣਗੇ। 48 ਸਾਲ ਦੀ ਉਮਰ ਵਿੱਚ ਭਗਵੰਤ ਮਾਨ ਦੂਜੀ ਵਾਰ ਲੈਣਗੇ ਫਿਰ ਅਮਰੀਕਾ ਰਹਿੰਦੇ ਬੱਚੇ ਵੀ ਕਰਨਗੇ ਸ਼ਿਰਕਤ ਸੋ ਵੱਡੀ ਖਬਰ ਨਿਕਲ ਕੇ ਸામਨੇ ਆ ਰਹੀ ਹੈ ਜੀ ਭਗਵੰਤ ਮਾਨ ਦੇ ਪੁੱਤਰ ਤੇ ਤੀਵੀਂ ਵਿਵਾਂਗ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਡੋਲੋ 650 ਨਾਮ ਵਾਲੀ ਕੰਪਨੀ ਦੇ ਦਫ਼ਤਰ ਤੋਂ ਇਨਕਮ ਟੈਕਸ ਵਿਭਾਗ ਦਾ ਸ਼ਾਬਾਸ਼ੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮੁੱਖ ਦਫ਼ਤਰ ਸਮੇਤ 40 ਥਾਵਾਂ ਤੇ ਛਾਪੇਮਾਰੀ ਕੀਤੀ ਕੰਪਨੀ ਨੇ 2020 ਵਿੱਚ ਕਰੋਨਾ ਸੰਕਰਮਣ ਦੀ ਪਹਿਲੀ ਲਹਿਰ ਤੋਂ ਬਾਅਦ 350 ਕਰੋੜ ਗੋਲੀਆਂ ਵੇਚੀਆਂ ਤੇ ਇੱਕ ਸਾਲ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਡੋਲੋ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਆਈਟੀ ਵਿਭਾਗ ਨੇ ਚਾਹਲ 20 ਲੋਕਾਂ ਦੀ ਟੀਮ ਨੇ ਰੈਸ ਕੋਰਸ ਰੋਡ ਸਥਿਤ ਫਾਰਮਾ ਸਿਊਟੀਕਲ ਕੰਪਨੀ ਦੇ ਦਫਤਰ ਛਾਪਾ ਮਾਰਿਆ ਕਾਰ ਚੋਰੀ ਮਾਮਲੇ 'ਚ ਉਹ ਛਾਪਾ ਮਾਰਿਆ ਗਿਆ ਹੈ। ਕਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਸੋ ਵੱਡਾ ਝਟਕਾ ਲੋਕਾਂ ਨੂੰ ਲੱਗਾ। 5 ਕਿਲੋ ਵਾਲਾ ਸਿਲੰਡਰ ਵੀ ਮਹਿੰਗਾ ਹੋ ਚੁੱਕਾ ਹੈ ਜੀ। ਐਸਡੀਪੀਸੀ ਦਾ ਵੱਡਾ ਫੈਸਲਾ ਭਾਈ ਬਲਵਿੰਦਰ ਸਿੰਘ ਜਟਾਨਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਐਗਜ਼ੀਕਿਊਟਿਵ ਦੀ ਬੈਠਕ ਦੇ ਵਿੱਚ ਫੈਸਲਾ ਲੈਂਦੇ ਹੋਏ ਜਟਾਣਾ ਦੀ ਤਸਵੀਰ ਨੂੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਬਾਣੇ ਸਿੱਖ ਜਾਇਬਕਰ ਵਿੱਚ ਲਾਉਣ ਦਾ ਫੈਸਲਾ ਕੀਤਾ ਗਿਆ ਇਹ ਜਾਣਕਾਰੀ ਐਸ.ਡੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਹੈ ਹਾਈ ਕੋਰਟ ਨੇ ਪੰਜਾਬ ਹਰਿਆਣਾ ਪੁਲਿਸ ਕੌਨਸਟੇਬਲ ਦੀ ਭਰਤੀ ਤੇ ਲਾਈ ਰੋਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਿਸ ਵਿੱਚ ਮਹਿਲਾ ਤੇ ਪੁਰਸ਼ ਕੌਨਸਟੇਬਲਾਂ ਦੀ ਨਿਯੁਕਤੀ ਤੇ ਰੋਕ ਲਾ ਦਿੱਤੀ ਹੈ ਇਹ ਹੁਕਮ ਹਰਿਆਣਾ ਪੁਲਿਸ ਵਿੱਚ ਕੌਨਸਟੇਬਲ ਦੀ ਭਰਤੀ 'ਚ ਨਾਰਮਲਾਈਜੇਸ਼ਨ ਪਰਸੈਂਟਲ ਪਰਸੈਂਟਾਈਲ ਵਿਧੀ ਰਾਹੀਂ ਮੈਰਿਟ ਸੂਚੀ ਤਿਆਰ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਪਰ ਲਾਈ ਗਈ ਹੈ। ਇਸ ਭਰਤੀ 'ਚ ਸਧਾਰਨ ਪਰਸੈਂਟਾਈਲ ਵਿਧੀ ਨੂੰ ਚੁਣੌਤੀ ਦਿੱਤੀ ਗਈ ਤੇ ਉੱਪਰ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਇੰਡੀਅਨ ਸਰਟਿਫਾਈਡ ਇੰਸਟੀਚਿਊਟ ਦਿੱਲੀ ਦੀ ਸਲਾਹ ਤੇ ਕਮਿਸ਼ਨ ਨੇ ਇਹ ਤਰੀਕਾ ਅਪਣਾਇਆ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਨੇ ਸਿੱਖਾਂ ਤੋਂ ਮੰਗੀ ਮਾਫੀ ਸੋ ਵੱਡੀ ਖਬਰ ਹੈ। ਸੋਤੋ ਵੱਧ ਸਿੱਖਾਂ ਨੂੰ ਨੌਕਰੀ ਤੇ ਵਾਪਸ ਰੱਖਿਆ ਜਾਵੇਗਾ ਸ਼ਹਿਰ ਨੇ ਹੀ ਪੂਰੇ ਨੇ ਮਾਫੀ ਮੰਗ ਲਈ ਹੈ ਅਗਨੀਪਥ ਸਕੀਮ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ ਆਪ ਸਰਕਾਰ ਕੇਰੀ ਉਹਨਾਂ ਨੇ ਬਾਡੀ ਤੋਂ ਨਿਸ਼ਾਨਾ ਸਾਧਿਆ ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸਰਕਾਰ ਇੱਕ ਪਾਸੇ ਅਗਨੀਪਥ ਖਿਲਾਫ ਮਤਾ ਪਾਸ ਕਰਦੀ ਤੇ ਦੂਜੇ ਪਾਸੇ ਸਰਕਾਰ ਸੀਪਾਇਟ ਤੇ ਰੋਜ਼ਗਾਰ ਉਤਪਤੀ ਨੂੰ ਅਗਨੀਪਥ ਸਕੀਮ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਮੁਖੀਆਂ ਨੂੰ ਲਿਖ ਰਹੀ ਹੈ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਸਰਕਾਰ ਨੂੰ ਇੰਨੇ ਫਾਇਦੇ ਲੱਗ ਰਹੇ ਨੇ ਤਾਂ ਵਿਧਾਨ ਸਭਾ ਦੇ ਵਿੱਚ ਡਰਾਮੇ ਕਿਉਂ ਕਰਦਾ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੁਰੱਖਿਆ ਦੇ ਨਾਂ ਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੇ ਵਿੱਚ ਮਤੇ ਚੁੱਕੇ ਆ ਗਿਆ ਪੰਜਾਬ ਦੇ ਤਕਰੀਬਨ 1 ਲੱਖ ਨੌਜਵਾਨ ਮੌਜੂਦਾ ਸਮੇਂ ਚ ਉਦੇਸ਼ ਦੀ ਫੌਜ ਦਾ ਹਿੱਸਾ ਹਨ ਮਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਧੂੜ ਚੋਕਦੇ ਹੋਏ ਪੈਸਿਆਂ ਦਾ ਮੋਹ ਨਹੀਂ ਤਿਆਗ ਰਹੇ ਸਰਕਾਰੀ ਡਾਕਟਰ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਨ ਦੇ ਤੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦਾ ਆਪਰੇਸ਼ਨ ਵੀ ਕਰ ਰਹੇ ਨੇ ਆਮ ਆਤਮਾਪਾਰਟੀ ਦੀ ਸਰਕਾਰ ਸਿਹਤ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੇ ਦਾਅਵੇ ਕਰ ਰਹੀ ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਡਾਕਟਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਹੋਏ ਆਪਣੀਆਂ ਜੇਬਾਂ ਗਰਮ ਕਰ ਰਹੇ ਨੇ ਬਾਦਲਾ ਨੂੰ ਕਲੀਨ ਚਿੱਟ ਤੇ ਬਵਾਲ ਆਪ ਦਾ ਦਾਵਾ ਬਿਆਦਬੀ ਤੇ ਗੋਲੀकांड ਤੋਂ ਨਹੀਂ ਮਿਲੀ ਕਿਸੇ ਨੂੰ ਵੀ ਕਲੀਨ ਚਿੱਟ ਸੋ ਵੱਡੀ ਖਬਰ ਹੈ 2024 ਦੀ ਆਮ ਚੋਣਾਂ ਤੋਂ ਪਹਿਲਾਂ ਆਧਾਰ ਨਾਲ ਲਿੰਕ ਕੀਤਾ ਜਾਵੇਗਾ ভোটার ਸੂਚੀ ਨੂੰ ਆਧਾਰ ਨੰਬਰ ਨਾ ਦੇਣ ਤੇਨ ਹਟਾਈ ਜਾਵੇਗੀ ਜਾਣਕਾਰੀ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਪੰਚਾਇਤ ਮੰਤਰੀ ਨੇ ਮਜ਼ਦੂਰਾਂ ਦੀ ਦਿਹਾੜੀ ਰੇਟਾਂ 'ਚ ਵਾਧਾ ਕਰਕੇ ਰੇਟ ਲਿਸਟ ਜਾਰੀ ਕਰਨ ਦਾ ਕੀਤਾ ਵਾਅਦਾ ਉਦੋਂ ਤੱਕ ਟਿੱਕੇ ਨਹੀਂ ਬੈਠਾਂਗਾ ਜਦੋਂ ਤੱਕ ਬਿਆਦਵੀ ਦੇ ਦੋਚਿਆਂ ਨੂੰ ਜੇਲ੍ਹ ਵਿੱਚ ਨਹੀਂ ਸੁਟ ਦਿੰਦਾ ਭਗਵੰਤ ਮਾਨ ਨੇ ਵੱਡਾ